ਕੋਠੇ ਤੇ ਸਪੀਕਰ ਪ੍ਰੋਗਰਾਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੁਰਦੇਵ ਪੱਧਰੀ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਤੁਹਾਡੀ ਮੁਲਾਕਾਤ ਕਰਾ ਰਹੇ ਹਾਂ ਅਸੀਂ ਆਪਣੇ ਪ੍ਰੋਗਰਾਮ ਵਿੱਚ ਪੰਜਾਬ ਦੀ ਉਹ ਮਸ਼ਹੂਰ ਲੋਕ ਗਾਇਕ ਜੋੜੀ ਨਾਲ, ਗੁਰਮੀਤ ਪੰਜਾਬੀ ਜੀ ਔਰ ਹੁਸਨਮੀਤ। ਮੇਰੇ ਵੱਲੋਂ ਕੋਠੇ ਤੇ ਸਪੀਕਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਗੁਰਮੀਤ ਜੀ, ਤੁਹਾਡੇ ਇਸ ਮੁਕਾਮ ਤੱਕ ਪਹੁੰਚਣ ਲਈ ਕਿੰਨਾ ਕਿੰਨਾ ਦਾ ਸਹਿਯੋਗ ਆ, ਕਿਹੜੇ ਕਿਹੜੇ ਸਹਿਯੋਗੀ ਜਿਹੜੇ ਤੁਹਾਡੇ ਨਾਲ ਇਸ ਲਾਈਨ ਦੇ ਵਿੱਚ ਅੱਗੇ ਆਏ? ਸਭ ਤੋਂ ਪਹਿਲਾਂ ਗੁਰਦੇਵ ਜੀ, ਸਭ ਤੋਂ ਵੱਡਾ ਸਹਿਯੋਗ ਸੱਚੇ ਵਾਹਿਗੁਰੂ ਦਾ ਹੈ ਜਿਹਨੇ ਕਲਾ ਬਖਸ਼ਿਆ। ਬਿਲਕੁਲ। ਔਰ ਉਸ ਤੋਂ ਬਾਅਦ ਮੇਰੇ ਡੈਡੀ ਜੀ ਸਰਦਾਰ ਬਲਵਿੰਦਰ ਸਿੰਘ ਜੀ, ਮੇਰੇ ਮੰਮੀ ਜੀ ਸਵਰਗੀਏ ਸ਼੍ਰੀਮਤੀ ਅਮਰਜੀਤ ਕੌਰ ਜੀ, ਔਰ ਮੇਰੇ ਉਸਤਾਦ ਜੀ ਜਨਾਬ ਨਿਸ਼ਾਨ ਸਖੀਰਾ ਜੀ, ਹਰਜਿੰਦਰ ਮਾਨ ਜੀ, ਮੇਰੇ ਵੱਡੇ ਬ੍ਰਦਰ ਜਿਨ੍ਹਾਂ ਦਾ ਕਾਫੀ ਨਾਂ ਹੈ ਪੰਜਾਬ ਦੇ ਵਿੱਚ, ਜਨਾਬ ਸਰਬਜੀਤ ਬੋਗਾ, ਮਨਪ੍ਰੀਤ ਬੋਗਾ ਜੀ, ਔਰ ਹੋਰ ਸਾਰੇ ਸੱਜਣ ਮਿੱਤਰ, ਰੱਬ ਸਰੋਤਿਆਂ ਦਾ ਬੜਾ ਸਹਿਯੋਗ ਹੈ ਜੀ। ਗੁਰਮੀਤ ਜੀ, ਅੱਗੇ ਸਾਡੇ ਦਰਸ਼ਕਾਂ ਲਈ ਕੀ ਨਵਾਂ ਲੈ ਕੇ ਆ ਰਹੇ ਹੋ? ਹਾਂਜੀ ਗੁਰਦੇਵ ਜੀ, ਮੈਂ ਆਰ ਕੇ ਇੰਟਰਟੇਨਮੈਂਟ ਤੋਂ, ਜਿਸ ਦੇ ਪ੍ਰੋਡਿਊਸਰ ਜਸਵਿੰਦਰ ਸਿੰਘ ਜੀ ਖੋਸਾ ਜੀ ਨੇ, ਸਾਡੇ ਵੱਡੇ ਭਾਅ ਜੀ, ਉਹਨਾਂ ਦੇ ਨਾਲ ਟੀਮ ਵਰਕ ਕੰਮ ਕਰ ਰਿਹਾ। ਟੀਮ ਦੇ ਵਿੱਚ ਮੇਰੇ ਗੀਤਕਾਰ ਮਨਜਿੰਦਰ ਮਾਲਚੱਕ, ਬਿੱਟੂ ਅਮਰਕੋਟ, ਸੂਰਜ ਝੰਡੇਰ, ਗੁਰਸੇਵਕ ਵਲੀਪੁਰ, ਲਾਡਾ ਪਰਦੇਸੀ, ਪੰਛੀ ਰਣਗੜ ਵਾਲਾ, ਔਰ ਇਹਨਾਂ ਸਾਰਿਆਂ ਦੇ ਸੱਜਣਾਂ ਦੇ ਸਹਿਯੋਗ ਨਾਲ, ਰਾਣਾ ਸੰਧੂ ਜੀ ਦੇ ਸਹਿਯੋਗ ਦੇ ਨਾਲ ਮੈਂ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਸਰੋਤਿਆਂ ਵਾਸਤੇ। ਸੋ ਆਸ ਹੈ ਸਰੋਤਿਆਂ ਵੱਲੋਂ ਅੱਗੇ ਵਾਂਗੂ ਹੀ ਭਰਵਾਂ ਪਿਆਰ ਮਿਲੇ। ਚਲੋ ਸੁਣਦੇ ਹਾਂ ਗੁਰਮੀਤ ਪੰਜਾਬੀ ਅਤੇ ਹੁਸਨਮੀਤ।
ਜੋੜੀ ਗੁਰਮੀਤ ਪੰਜਾਬੀ ਤੇ ਹੁਸਨਮੀਤ ਨੂੰ ਪ੍ਰੋਗਰਾਮਾਂ ਲਈ ਸੰਪਰਕ ਕਰੋ 9875826907 9875826907 9875826907 9875826907 ਤੇ 8 ਸਾਲ ਨਾਲ ਜਿਹੜੀ ਡਿਊਟ ਜੋੜੀ ਆਈ ਹੋਈ ਹੈ ਗੁਰਦੇਵ ਪੱਧਰੀ ਜੀ ਤੇ ਉਹਨਾਂ ਦੇ ਨਾਲ ਰਣਜੀਤ ਰੰਧਾਵਾ ਜੀ ਤੇ ਜਿਹੜੀ ਮਾਣ ਵਾਲੀ ਗੱਲ ਇਹ ਹੈ ਕਿ ਉਹਨਾਂ ਨੇ ਇੰਨੀ ਹੀ ਜਿਹੜੀ ਇੰਪੋਰਟੈਂਸ ਹੈ ਇੰਨੀ ਹੀ ਤਵੱਜੋ ਹੈ ਜਿਹੜੀ ਆਪਣੇ ਗੀਤਕਾਰ ਨੂੰ ਦਿੱਤੀ ਜੋ ਕਿ ਹੈ ਲਾਡੀ ਖਹਿਰਾ ਜੀ। ਸਤਿ ਸ਼੍ਰੀ ਅਕਾਲ ਜੀ। ਲਾਡੀ ਜੀ ਜਿਹੜੀ ਇਹ ਲੜੀ ਹੈ ਅਸੀਂ ਤੁਹਾਡੇ ਤੋਂ ਹੀ ਸ਼ੁਰੂ ਕਰਦੇ ਹਾਂ। ਤੁਸੀਂ ਜਿਹੜਾ ਆਪਣਾ ਕੀਤਾ ਗੀਤਕਾਰੀ ਦਾ ਇਹ ਤੁਸੀਂ ਕਿੱਦਾਂ ਸ਼ੁਰੂ ਕੀਤਾ ਤੇ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਹਾਂਜੀ ਇਹ ਮੇਰੀ ਜਿਹੜਾ ਗੀਤ ਨੇ ਗੁਰਦੇਵ ਪੱਧਰੀ ਹੋਣੀ ਜਾਂ ਆਪਣੇ ਰੰਧਾਵਾ ਜੀ ਹੋਣੀ ਹੀ ਗਾ ਸਕਦੇ ਨੇ? ਮੈਂ ਜੀ ਵੇਖੋ ਜੀ ਪਿੰਡ ਮੇਲਾ ਹੁੰਦਾ ਸੀ ਉੱਥੇ ਗਏ ਇਹਨਾਂ ਦੇ, ਮੈਂ ਇਹਨਾਂ ਦੀ ਆਵਾਜ਼ ਸੁਣੀ ਅਤੇ ਮੈਨੂੰ ਆਵਾਜ਼ ਵਧੀਆ ਲੱਗੀ, ਫਿਰ ਮੈਂ ਇਹਨਾਂ ਨੂੰ ਗੀਤ ਦਿਖਾਇਆ, ਇਹਨਾਂ ਨੇ ਸਿਲੈਕਸ਼ਨ ਕਰਕੇ ਮੇਰਾ ਗੀਤ ਵਧੀਆ ਤਰੀਕੇ ਨਾਲ ਬੋਲਿਆ। ਮੈਨੂੰ ਮਹਿਸੂਸ ਹੋ ਰਿਹਾ ਅੱਜ ਵੀ ਬਹੁਤ ਵਧੀਆ ਗੀਤ ਮੇਰਾ। ਅਸੀਂ ਮਤਲਬ ਤੁਹਾਨੂੰ ਡਿਊਟ ਗਾਣਾ ਵਿੱਚ ਗਾਵਾਂਗੇ ਸੁਣਾਵਾਂਗੇ, ਮਤਲਬ ਦੋਵਾਂ ਜੀਆਂ ਦੀ ਨੋਕ ਝੋਕ ਜਿੱਦਾਂ ਘਰਾਂ 'ਚ ਹੁੰਦੀ ਹੈ। ਤੂੰ ਕਾਲਾ ਮੈਂ ਗੋਰੀ ਹਾਣੀਆਂ ਜੱਜਦੀ ਨਹੀਂ ਉਹ ਜੋੜੀ ਹਾਣੀਆਂ, ਤੂੰ ਕਾਲਾ ਮੈਂ ਗੋਰੀ ਹਾਣੀਆਂ ਜੱਜਦੀ ਨਹੀਂ ਉਹ ਜੋੜੀ ਹਾਣੀਆਂ, ਚੋਲੇ ਪੋਚੀ ਫੱਟੀ ਗੁਲਾਬੂ ਨਿੱਕਾ ਜਿਹਾ, ਮੈਂ ਮਾਝੇ ਦੀ ਜੱਟੀ ਗੁਲਾਬੂ ਨਿੱਕਾ ਜਿਹਾ, ਮੈਂ ਮਾਝੇ ਦੀ ਜੱਟੀ ਗੁਲਾਬੂ ਨਿੱਕਾ ਜਿਹਾ। ਏ ਨਾਲੀ ਗਾਲੀ ਸੋਣੀਏ ਤੇ ਸਾਜਾ ਸਾਡੀ ਸੋਣੀਏ, ਭਾਵੇਂ ਅਗਦਾ ਕਾਲਾ ਨੀ ਬਦਰੂ ਤੂੰ ਦੱਸ ਦੀ, ਜੱਟ ਬੱਚੀਆਂ ਬਰਬੀਆਂ ਵਾਲਾ ਨੀ ਬਦਰੂ ਤੂੰ ਦੱਸ ਦੀ। ਤੂੰ ਅਸੀਂ ਕਿਹੜਾ ਘਟਨੀ ਹੁੰਦੇ, ਖੁੱਲੇ ਡੁੱਲੇ ਦਿਲਾਂ ਵਾਲੇ ਚਟਨੀ ਵਾਲੇ ਚਟਨੀ ਹੁੰਦੇ, ਖੁੱਲੇ ਡੁੱਲੇ ਦਿਲਾਂ ਵਾਲੇ ਚਟਨੀ ਨਾ ਯਾਰੀਆਂ ਤੋਂ ਪਿੱਛੇ ਹੱਟ ਦੇ, ਮੁੜਦੇ ਨੇ ਨਾ ਜਵਾਨੀ ਵਾਲੇ ਆਉਣ ਨੀ ਦੋ ਚਾਰ ਸ਼ੌਕ ਜੱਟ ਦੇ। ਜਵਾਨੀ ਦਾ ਗਰੂਰ ਨੀ ਚੁੱਪ ਕਰਕੇ ਬਹਿ ਕੇ ਮੰਗੇ ਦੇ ਅੱਕੇ ਯਾਰਾਂ ਨਾਲ।
ਜਸ਼ਨ ਮਨਾਉਂਦੇ ਨੀ ਕਿਸੇ ਦਾ ਕੀ ਮੱਟਦੇ ਮੁੜਦੇ ਨੇ ਨਾ ਜਵਾਨੀ ਵਾਲੇ ਆਉਣ ਨੀ ਦੋ ਚਾਰ ਸ਼ੌਕ ਜੱਟਦੇ ਗੁਰਦੇਵ ਪੱਧਰੀ ਅਤੇ ਰਣਜੀਤ ਰੰਧਾਵਾ ਜੀ ਨੂੰ ਪ੍ਰੋਗਰਾਮਾਂ ਲਈ ਸੰਪਰਕ ਕਰੋ 9876468761 ਤੇ। ਜੇ ਤੁਸੀਂ ਵੀ ਬਣਨਾ ਚਾਹੁੰਦੇ ਇਸ ਪ੍ਰੋਗਰਾਮ ਦਾ ਹਿੱਸਾ ਤਾਂ ਸੰਪਰਕ ਕਰੋ 8782849494 ਤੇ। ਪੰਜਾਬੀ ਦਿਲਾਂ ਦੀ ਧੜਕਣ ਪ੍ਰੇਮ ਸੰਦੇਸ਼ ਆਪ ਪੜ੍ਹੋ ਅਤੇ ਹੋਰਾਂ ਨੂੰ ਵੀ ਪੜ੍ਹਾਓ। ਜੇ ਤੁਸੀਂ ਕਿਸੇ ਵੀ ਪ੍ਰਕਾਰ ਦੀ ਐਡ ਲਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤੇ ਕੰਟੈਕਟ ਕਰੋ ਹੁਣੇ ਇਹਦੇ ਕਰਤਾ ਧਰਤਾ ਹਰਪ੍ਰੀਤਪਾਲ ਮੁਲਤਾਨੀ ਜੀ ਦੇ ਨਾਲ 9876063015 ਤੇ 9876063015 ਤੇ।